ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟਲ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ ਚੈਨਲ। ਆਪਣੀ ਇਹ ਵੀਡੀਓ ਹੁੰਦੀ ਹੈ Q&A, ਯਾਨੀ ਕਿ ਕੁਐਸਚਨ ਅਤੇ ਆਨਸਰ। ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ, ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ 'ਚ ਦਿੰਦਾ ਹੁੰਦਾ। ਇਹ ਵੀਡੀਓ ਹਰ ਰੋਜ਼ ਰਾਤ ਨੂੰ ਯੂਟਿਊਬ ਤੋਂ ਰਿਲੀਜ਼ ਹੁੰਦੀ ਹੈ। ਆਓ ਸ਼ੁਰੂ ਕਰਦੇ ਹਾਂ ਅੱਜ ਦਾ Q&A। Q&A ਸ਼ੁਰੂ ਕਰਨ ਤੋਂ ਪਹਿਲਾਂ ਅਪਡੇਟ ਹੈਗੀ ਹੈ, ਕੈਨੇਡਾ ਨੂੰ ਲੈ ਕੇ ਜਿਹੜਾ ਇਹ ਰੌਲਾ ਚੱਲ ਰਿਹਾ, ਬੜੇ ਲੋਕਾਂ ਦੇ ਮਨ ਦੇ ਵਿੱਚ ਡਰ ਹੈ ਕਿ ਪਤਾ ਨਹੀਂ ਕੀ ਹੋ ਜੂਗਾ, ਪਤਾ ਨਹੀਂ ਟਰੈਵਲ ਰੁਕ ਜੂਗਾ ਜਾਂ ਕਿਤੇ ਵੀਜ਼ਾ ਹੀ ਨਾ ਆਵੇ ਜਾਂ ਸਾਡੀਆਂ ਐਪਲੀਕੇਸ਼ਨਾਂ ਹੀ ਨਾ ਲੱਗਣ। ਐਵੇਂ ਦਾ ਹਾਲੇ ਤੱਕ ਕੁਛ ਨਹੀਂ ਹੈਗਾ। ਸਿਰਫ ਇੰਡੀਆ ਨੇ ਹੀ ਜਿਹੜੀ ਕੈਨੇਡੀਅਨ ਸਿਟੀਜ਼ਨ ਵਾਸਤੇ ਆਪਣੀ ਵੀਜ਼ਾ ਸਰਵਿਸ ਜਿਹੜੀ ਹੈਗੀ ਹੈ ਉਹ ਸਿਰਫ ਬੰਦ ਕੀਤੀ ਹੈਗੀ ਹੈ। ਜਿਨ੍ਹਾਂ ਕੋਲ ਵੀਜ਼ਾ ਲੱਗਿਆ ਹੋਇਆ ਇੰਡੀਆ ਦਾ, ਜਿਹੜੇ ਕੈਨੇਡਾ 'ਚ ਬੈਠੇ ਨੇ ਅਤੇ ਵੀਜ਼ਾ ਹੈਗਾ, ਉਹ ਟਰੈਵਲ ਕਰ ਸਕਦੇ ਹੈਗੇ। ਸੋ ਟਰੈਵਲ ਦਾ ਦੋਨੋਂ ਪਾਸਿਓਂ ਹਲੇ ਕਿਤੇ ਵੀ ਬੈਨ ਨਹੀਂ ਹੈਗਾ, ਟਰੈਵਲ ਨਹੀਂ ਰੋਕਿਆ ਗਿਆ। ਅਤੇ ਜਿਹੜੀ ਵੀਜ਼ਾ ਸਰਵਿਸ ਬੰਦ ਕੀਤੀ ਹੈ ਉਹ ਇੰਡੀਆ ਨੇ ਬੰਦ ਕੀਤੀ ਹੈ, ਨਾ ਕਿ ਕੈਨੇਡਾ ਨੇ। ਸਾਡੇ ਹਰ ਰੋਜ਼ ਵੀਜ਼ਾ ਆ ਰਹੇ ਨੇ, ਕੱਲ੍ਹ ਵੀ ਵੀਜ਼ੇ ਆਏ ਨੇ, ਅੱਜ ਵੀ ਵੀਜ਼ੇ ਆਏ ਨੇ ਸਾਡੇ, ਔਰ ਲਗਾਤਾਰ ਜਿੰਨੇ ਸਾਡੇ ਕਲਾਇੰਟ ਨੇ ਉਹ ਟਰੈਵਲ ਵੀ ਕਰ ਰਹੇ ਨੇ, ਕੈਨੇਡਾ ਪਹੁੰਚ ਵੀ ਰਹੇ ਨੇ, ਕਿਤੇ ਕੋਈ ਦਿੱਕਤ ਨਹੀਂ ਹੈ। ਸੋ ਹੁਣ ਤੱਕ ਕੈਨੇਡਾ ਨੂੰ ਲੈ ਕੇ ਕੋਈ ਵੀ ਇਸ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਹੈ ਜਿਸ ਦਾ ਫਰਕ ਤੁਹਾਡੇ 'ਤੇ ਪੈਂਦਾ ਹੋਵੇ। ਸੋ ਸਿਰਫ ਹਲੇ ਟੈਨਸ਼ਨ ਜ਼ਰੂਰ ਹੈਗੀ ਹੈ, ਦੋਨੋਂ ਮੁਲਕਾਂ ਦੇ ਵਿੱਚ ਟੈਨਸ਼ਨ ਜ਼ਰੂਰ ਚੱਲ ਰਹੀ ਹੈ, ਬਟ ਹਲੇ ਤੱਕ ਇਸ ਤਰ੍ਹਾਂ ਦਾ ਕੋਈ ਵੀ ਕੈਨੇਡਾ ਵਾਲੇ ਪਾਸਿਓਂ ਅਪਡੇਟ ਨਹੀਂ ਹੈ ਜਿਸ ਤੋਂ ਤੁਹਾਡਾ ਕੋਈ ਵੀਜ਼ਾ ਪ੍ਰਭਾਵਿਤ ਹੋ ਜਾਏਗਾ। ਸੋ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦਾ Q&A। ਸਭ ਤੋਂ ਪਹਿਲਾ ਕਮੈਂਟ ਹੈ ਜੀ, ਰੀਆ ਮਨੇਤਰਾ ਲਿਖਦੇ ਨੇ, ਨਿਊਜ਼ੀਲੈਂਡ ਮੇਂ ਕੋਈ ਬਿਜ਼ਨਸ ਵੀਜ਼ਾ ਆਪਸ਼ਨ ਹੈ ਕਿਆ? ਦੇਖੋ, ਬਿਜ਼ਨਸ ਵੀਜ਼ਾ ਆਪਸ਼ਨ ਤਾਂ ਹਰੇਕ ਕੰਟਰੀ ਦੀ ਹੁੰਦੀ ਹੈ ਜੀ। ਹਰ ਕੰਟਰੀ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਵੀਜ਼ਾ ਕੈਟਾਗਰੀ ਹੁੰਦੀ ਹੈ। ਸੋ ਨਿਊਜ਼ੀਲੈਂਡ ਦੇ ਵਿੱਚ ਵੀਜ਼ਾ ਬਿਜ਼ਨਸ ਵੀਜ਼ਾ ਆਪਸ਼ਨ ਹੈਗੀ ਹੈ, ਬਟ ਅਸੀਂ ਨਹੀਂ ਕਰਦੇ ਹੈਗੇ, ਅਸੀਂ ਸਿਰਫ ਨਿਊਜ਼ੀਲੈਂਡ ਦਾ ਟੂਰਿਸਟ ਵੀਜ਼ਾ ਕਰਦੇ ਹਾਂ। ਅਸੀਂ ਕੈਨੇਡਾ ਦੇ ਵਿੱਚ ਤੁਹਾਨੂੰ ਬਿਜ਼ਨਸ ਵੀਜ਼ਾ ਲੈਣ ਦੇ ਵਿੱਚ ਤੁਹਾਡੀ ਹੈਲਪ ਜਿਹੜੀ ਹੈਗੀ ਹੈ ਉਹ ਕਰ ਸਕਦੇ ਹੈਗੇ ਜੀ। ਅਗਲਾ ਕਮੈਂਟ ਹੈ ਜੀ, ਯੂਜ਼ਰ PX3 ਲਿਖਦੇ ਨੇ, ਸਰ ਵਿਜ਼ਟਰ ਵੀਜ਼ਾ ਲਈ 4 ਮੰਥ ਹੋ ਗਏ ਨੇ, ਅਜੇ ਤੱਕ ਕੋਈ ਅਪਡੇਟ ਨਹੀਂ ਹੈਗੀ। ਦੇਖੋ, ਜੇ ਆਪਾਂ ਕੈਨੇਡਾ ਨੂੰ ਗੱਲ ਕਰੀਏ ਜੀ, ਕੈਨੇਡਾ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਹੁਣ ਦੀ ਗੱਲ ਕਰਦੇ ਹਾਂ, ਤਾਂ ਨੋਰਮਲੀ 25 ਤੋਂ 40 ਦਿਨਾਂ ਦਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈਗਾ। ਜਿਵੇਂ ਤੁਸੀਂ ਕਹਿ ਰਹੇ ਹੋ 4 ਮਹੀਨੇ ਹੋ ਗਏ, ਤਾਂ ਕਈ ਵਾਰੀ ਕੀ ਹੁੰਦਾ ਕਿ ਕਿਹੜੀ ਚੀਜ਼ਾਂ ਨੂੰ ਲੈ ਕੇ ਅੰਬੈਸੀ ਜਿਹੜੀ ਹੈਗੀ ਹੈ ਉਹ ਵੈਰੀਫਾਈ ਕਰਦੀ ਹੈ, ਬਹੁਤ ਸਾਰੀਆਂ ਚੀਜ਼ਾਂ ਵੈਰੀਫਾਈ ਹੁੰਦੀਆਂ ਨੇ, ਉਸ ਕੇਸ ਦੇ ਵਿੱਚ ਟਾਈਮ ਜਿਹੜਾ ਹੈਗਾ ਉਹ ਜ਼ਿਆਦਾ ਲੱਗ ਜਾਂਦਾ, ਅਦਰਵਾਈਜ਼ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਅਗਲਾ ਕਮੈਂਟ ਹੈ ਜੀ, ਜੱਸਾ ਮਾਂਗਟ ਲਿਖਦੇ ਨੇ, ਆਈ ਹੈਵ ਡਨ 12th ਇਨ 2010 ਐਂਡ ITI ਇਲੈਕਟ੍ਰੀਸ਼ਨ, ਪਾਸ ਆਊਟ ਇਨ 2014 ਆਫਟਰ 3 ਈਅਰ ਐਕਸਪੀਰੀਅੰਸ ਐਂਡ ਓਵਰਆਲ 5 ਬੈਂਡ ILETS ਲਿਸਨਿੰਗ, 5 ਸਪੀਕਿੰਗ, 5 ਰਾਈਟਿੰਗ, 6 ਔਰ ਰੀਡਿੰਗ ਦੇ ਵਿੱਚ 4, ਅਪਲਾਈ ਫੋਰ ਕੈਨੇਡਾ ਵਰਕ ਪਰਮਿਟ। ਕਰ ਸਕਦੇ ਹੋ ਜੀ, ਜੇ ਤੁਹਾਡੇ ਓਵਰਆਲ 5 ਬੈਂਡ ਹੈਗੇ ਨੇ, ਇੱਕ ਦੇ ਵਿੱਚ 4, 4.5 ਵੀ ਹੈਗੇ ਨੇ। ਸੋ ਕੁਛ ਕੈਟਾਗਰੀ ਇਸ ਤਰ੍ਹਾਂ ਦੀਆਂ ਨੇ ਜਿੱਥੇ ਤੁਸੀਂ ਪਰਮਿਟ ਅਪਲਾਈ ਕਰ ਸਕਦੇ ਹੋ। ਚੰਗੀ ਤਰ੍ਹਾਂ ਤੁਸੀਂ ਆਪਦੀ ਐਲੀਜੀਬਿਲਿਟੀ ਚੈੱਕ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਆਪਦੇ ਡਾਕੂਮੈਂਟ ਜਿਹੜੇ ਹੈਗੇ ਨੇ ਉਹ ਭੇਜ ਸਕਦੇ ਹੋ। ਅਗਲਾ ਕਮੈਂਟ ਹੈ ਜੀ, ਨੂਰ ਸਿੰਘ ਲਿਖਦੇ ਨੇ, ਹੈਲੋ ਸਰ ਜੀ, ਕੈਨੇਡਾ ਵੀਜ਼ਾ ਐਪਲੀਕੇਸ਼ਨ ਅਪਡੇਟ ਦੱਸੋ ਹੁਣ ਦੇ ਟਾਈਮ ਦੀ। ਦੇਖੋ, ਮੈਂ ਹੁਣੇ ਦੱਸ ਕੇ ਹਟਿਆ ਜੀ, ਹਾਲੇ ਡਰਨ ਵਾਲੀ ਕੋਈ ਜ਼ਰੂਰਤ ਨਹੀਂ ਹੈਗੀ ਕਿ ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਪੈਨਿਕ ਹੋਣ ਦੀ ਲੋੜ ਨਹੀਂ, ਖਾਸ ਕਰਕੇ ਜਿਹੜੇ ਆਪਣੀਆਂ ਕੈਨੇਡਾ ਐਪਲੀਕੇਸ਼ਨਸ ਫਾਈਲ ਕਰਨਾ ਚਾਹੁੰਦੇ ਨੇ। ਕੋਈ ਹਾਲੇ ਤੱਕ ਕੋਈ ਦਿੱਕਤ ਵਾਲਾ ਚੀਜ਼ ਸਾਡੇ ਸਾਹਮਣੇ ਜਿਹੜੀ ਹੈਗੀ ਹੈ ਉਹ ਨਹੀਂ ਆਈ, ਸੋ ਤੁਸੀਂ ਅਪਲਾਈ ਕਰ ਸਕਦੇ ਹੋ ਜੀ, ਕੋਈ ਪ੍ਰੋਬਲਮ ਨਹੀਂ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਅਗਲਾ ਕਮੈਂਟ ਹੈ ਜੀ, ਨਵਪ੍ਰੀਤ ਬਰਾੜ ਲਿਖਦੇ ਨੇ, ਸਰ ਕੀ ਇਸ ਵਿਵਾਦ ਦਾ ਅਸਰ ਟੂਰਿਸਟ ਫਾਈਲ ਲਗਵਾਉਣ ਵਾਲਿਆਂ 'ਤੇ ਪਵੇਗਾ? ਮੈਨੂੰ ਪਤਾ ਸੀ ਕਿ ਅੱਜ ਇਸ ਤਰ੍ਹਾਂ ਦੇ ਕਮੈਂਟ ਆਉਣਗੇ, ਜਿਹੜਾ ਕਰੰਟ ਵਿਵਾਦ ਜਿਹੜਾ ਹੈਗਾ, ਜਿਹੜੀ ਟੈਨਸ਼ਨ ਚੱਲ ਰਹੀ ਹੈ। ਦੇਖੋ, ਹਾਲੇ ਤੱਕ ਇਸ ਤਰ੍ਹਾਂ ਦਾ ਕੁਛ ਵੀ ਕੋਈ ਚੀਜ਼ ਸਾਹਮਣੇ ਨਹੀਂ ਆਈ ਕਿ ਇਸ ਜਿਹੜਾ ਟੈਨਸ਼ਨ ਦਾ ਵਿਵਾਦ ਹੈਗਾ ਉਹ ਪੈਂਦਾ ਨਜ਼ਰ ਆਉਂਦਾ ਹੋਵੇ ਐਪਲੀਕੇਸ਼ਨ 'ਤੇ। ਹਾਲੇ ਕੋਈ ਸਰਵਿਸ ਕੈਨੇਡਾ ਨੇ ਡਾਊਨ ਨਹੀਂ ਕੀਤੀ ਹੈਗੀ, ਯਾਨੀ ਕਿ ਬੰਦ ਨਹੀਂ ਕੀਤੀ, ਕੋਈ ਪ੍ਰੋਬਲਮ ਨਹੀਂ ਹੈਗੀ, ਅਤੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਅਗਲਾ ਕਮੈਂਟ ਹੈ ਜੀ, ਮਿਸਟਰ ਬੀਸਟ ਲਿਖਦੇ ਨੇ, ਨਿਊਜ਼ੀਲੈਂਡ ਦਾ ਸਟੱਡੀ ਵੀਜ਼ਾ ਕਿੰਨੇ ਟਾਈਮ ਤੱਕ ਆ ਜਾਂਦਾ ਹੈਗਾ ਜੀ ਆਫਟਰ ਲਾਂਚ ਦਾ ਫਾਈਲ? ਉਹੀ ਜੀ, 2 ਮਹੀਨੇ ਲੱਗਦੇ ਨੇ ਜੇ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਨਿਊਜ਼ੀਲੈਂਡ ਦਾ, ਤਾਂ 2 ਮਹੀਨੇ ਦੇ ਵਿੱਚ ਜਿਹੜਾ ਵੀਜ਼ਾ ਹੈਗਾ ਉਹ ਆ ਜਾਂਦਾ ਹੈ ਜੀ। ਅਗਲਾ ਕਮੈਂਟ ਹੈ ਜੀ, ਹਰਮਨਦੀਪ ਲਿਖਦੇ ਨੇ, ਸਰ ਨਿਊਜ਼ੀਲੈਂਡ ਦਾ ਟੋਟਲ ਪ੍ਰੋਸੈਸ ਟਾਈਮ ਕਿੰਨਾ ਹੈ? ਨਿਊਜ਼ੀਲੈਂਡ ਦਾ ਜੀ 25 ਤੋਂ 40 ਦਿਨ ਦਾ ਸਮਾਂ ਜਿਹੜਾ ਹੈਗਾ ਉਹ ਲੱਗ ਰਿਹਾ। ਸੋ ਜੇਕਰ ਤੁਸੀਂ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ 25 ਤੋਂ 40 ਦਿਨ ਦਾ ਪ੍ਰੋਸੈਸ ਜਿਹੜਾ ਹੈਗਾ ਜੀ ਉਹ ਲੈ ਕੇ ਚੱਲ ਸਕਦੇ ਹੋ। ਅਗਲਾ ਕਮੈਂਟ ਹੈ ਜੀ, ਐਸ ਸਿੰਘ ਦਾ ਲਿਖਦੇ ਨੇ, ਹਾਊ ਟੂ ਫੰਡ ਰਿਕੁਆਇਰਮੈਂਟ ਨਿਊਜ਼ੀਲੈਂਡ ਫੈਮਿਲੀ ਟੂਰਿਸਟ ਵੀਜ਼ਾ ਫੰਡ। ਦੇਖੋ, ਨਿਊਜ਼ੀਲੈਂਡ ਕਦੇ ਵੀ ਫੰਡਾਂ ਨੂੰ ਲੈ ਕੇ ਕੋਈ ਬਾਹਲਾ
ਪ੍ਰੋਬਲਮ ਨਹੀਂ ਕਰਦਾ ਹੈਗਾ। ਅਸੀਂ ਤਾਂ 50-50 ਹਜ਼ਾਰ ਰੁਪਏ ਦੇ ਫੰਡ ਲਾ ਕੇ ਵੀਜ਼ੇ ਜਿਹੜੇ ਹੈਗੇ ਨੇ ਉਹ ਲਿੱਤੇ ਨੇ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਤੁਹਾਡੇ ਜੈਨੂਅਨ ਫੰਡ ਹੋਣ ਕੋਈ ਪ੍ਰੋਬਲਮ ਨਹੀਂ ਜੀ, ਤੁਸੀਂ ਲੈ ਸਕਦੇ ਹੈਗੇ ਹੋ ਜੀ। ਅਗਲਾ ਕਮੈਂਟ ਹੈ ਜੀ, ਸਰ ਕੈਨੇਡਾ ਟੂਰਿਸਟ ਵੀਜ਼ਾ ਅੱਜ ਦੇ ਟਾਈਮ ਦਾ ਕੋਈ ਅਪਡੇਟ ਦੇ ਚੁੱਕਿਆ ਜੀ? ਜੋ ਅਪਡੇਟ ਚੱਲ ਰਹੇ ਨੇ ਜੀ ਉਹ ਮੈਂ ਤੁਹਾਨੂੰ ਦੇ ਚੁੱਕਿਆ, ਸੋ ਕੋਈ ਡਰਨ ਦੀ ਲੋੜ ਨਹੀਂ ਹੈਗੀ। ਅੱਜ ਦੇ ਟਾਈਮ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਹੈ ਹਾਲੇ ਤੱਕ, ਨਹੀਂ ਕੋਈ ਦਿੱਕਤ, ਕਿਉਂਕਿ ਜਿਵੇਂ ਆਪਾਂ ਨੂੰ ਵੀਜ਼ੇ ਦੀ ਜ਼ਰੂਰਤ ਹੈ, ਇਸੇ ਤਰ੍ਹਾਂ ਹੀ ਕੈਨੇਡਾ ਦਾ ਵੀ ਬਹੁਤ ਵੱਡਾ ਜਿਹੜਾ ਬਿਜ਼ਨਸ ਹੈ ਨਾ ਕਿ ਰੈਵਨਿਊ ਕਿ ਵੀਜ਼ਾ ਐਪਲੀਕੇਸ਼ਨ ਤੋਂ ਜਾਂ ਟੂਰਿਜ਼ਮ ਤੋਂ ਜਨਰੇਟ ਹੁੰਦਾ ਹੈਗਾ। ਜਦੋਂ ਆਪਾਂ ਐਪਲੀਕੇਸ਼ਨ ਫਾਈਲ ਕਰਦੇ ਹੈਗੇ ਹਾਂ ਤਾਂ ਆਪਾਂ ਮੋਟੀ ਖਾਸੀ ਰਕਮ ਜਿਹੜੀ ਪੇ ਕਰਦੇ ਹਾਂ, ਜਿਹੜੀ $185 ਹੈ, ਲਗਭਗ 11.5-12 ਹਜ਼ਾਰ ਰੁਪਇਆ ਅਸੀਂ ਪੇ ਕਰਦੇ ਹੈਗੇ ਹਾਂ। ਸੋ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਐਪਲੀਕੇਸ਼ਨ ਲੱਗਦੀਆਂ ਨੇ, ਸੋ ਬਹੁਤ ਵੱਡਾ ਰੈਵਨਿਊ ਜਿਹੜਾ ਹੈਗਾ ਵੀਜ਼ਾ ਐਪਲੀਕੇਸ਼ਨ ਤੋਂ ਉਹ ਜਨਰੇਟ ਹੁੰਦਾ ਹੈ। ਇਸ ਕਰਕੇ ਕੈਨੇਡਾ ਨਹੀਂ ਡਾਊਨ ਕਰੂਗਾ ਸਰਵਿਸ ਵਾਲੇ, ਹਾਲੇ ਉਮੀਦ ਹੈ ਜਦ ਤੱਕ ਕੋਈ ਬਹੁਤ ਵੱਡੀ ਪ੍ਰੋਬਲਮ ਨਹੀਂ ਆ ਜਾਂਦੀ। ਔਰ ਹੁਣ ਤਾਂ ਜਿਹੜਾ ਵਿਵਾਦ ਹੈ ਉਹ ਕੱਲ੍ਹ ਤੋਂ ਥੋੜ੍ਹਾ ਜਿਹਾ ਠੰਡਾ ਹੋਇਆ, ਕਿਉਂਕਿ ਬਿਆਨਬਾਜ਼ੀ ਰੁਕੀ ਹੈ। ਮੇਨ ਤਾਂ ਬਿਆਨਬਾਜ਼ੀ ਤਾਂ ਹੁੰਦਾ, ਇੱਧਰੋਂ ਇੰਡੀਆ ਨੇ ਬਿਆਨਬਾਜ਼ੀ ਕਰਤੀ, ਉੱਧਰੋਂ ਕੈਨੇਡਾ ਨੇ ਕਰਤੀ, ਫਿਰ ਇੱਕ ਦੂਜੇ ਦੀ ਜਿੱਦ ਦੇ ਵਿੱਚ ਜਿਹੜਾ ਇਹ ਪ੍ਰੋਬਲਮਸ ਸ਼ੁਰੂ ਹੋ ਜਾਂਦੀਆਂ ਨੇ। ਬਟ ਉਮੀਦ ਹੈ ਕਿ ਬਹੁਤ ਛੇਤੀ ਜਿਹੜਾ ਹੈਗਾ ਇਹ ਸੌਟ ਆਊਟ ਹੋ ਜਾਏਗਾ, ਸੋ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਸੋ ਦੋਸਤੋ, ਇਹ ਸੀਗੇ ਤੁਹਾਡੇ ਅੱਜ ਦੇ ਕਮੈਂਟ, ਤੁਹਾਡੇ ਸਵਾਲ ਅਤੇ ਮੇਰੇ ਜਵਾਬ। ਉਮੀਦ ਕਰਦਾ ਤੁਹਾਨੂੰ ਅੱਛੇ ਲੱਗੇ ਹੋਣਗੇ। ਜੇਕਰ ਵੀਡੀਓ ਵਧੀਆ ਲੱਗ ਰਹੀ, ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਬੈਲ ਦਾ ਬਟਨ ਦਬਾ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਸਭ ਤੋਂ ਪਹਿਲਾਂ ਵੀਡੀਓ ਤੁਸੀਂ ਦੇਖ ਸਕੋ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।